ਮਤਲਬ ਪੰਜ ਕਕਾਰ ਦਿੱਤੇ ਸੀ ਗੁਰੂ ਸਾਹਿਬ ਨੇ, ਇਹਦੇ ਵਿੱਚ ਕਿਰਪਾਨ ਆ ਜਿਹੜੀ, ਇਹ ਕਿਹੜੀ ਕਿਹੜੀ ਉਹ ਦਿੱਤੀ ਸੀ, ਮਤਲਬ ਕਿਹੜੀ ਗੱਲ ਦਾ ਪ੍ਰਤੀਕ ਆ? ਉਹ ਤਾਂ ਇਹ ਆ ਜੀ ਵੀ ਆਪਣਾ ਹਰ ਵੇਲੇ ਸ਼ਸਤਰ ਧਿਆਨ ਧਾਰਨ ਕਰਨਾ ਚਾਹੀਦਾ ਬੰਦੇ ਨੂੰ, ਕਦੋਂ ਮੁਸੀਬਤ ਪੈ ਜਾਵੇ ਵੀ ਉਹ ਵਰਤੇ ਜਾ ਸਕੇ। ਧੰਨਵਾਦ ਜੀ, ਤੁਹਾਨੂੰ ਖਾਲਸਾ ਸਾਜਨਾ ਦੀਆਂ ਵਧਾਈਆਂ। ਅੱਜ ਤੁਸੀਂ ਗੁਰਦੁਆਰਾ ਸਾਹਿਬ ਆਏ ਹੋ, ਸੰਗਤ ਦੇ ਨਾਲ ਸਮਾਗਮ ਵਿੱਚ ਸ਼ਾਮਿਲ ਹੋਏ ਹੋ, ਸੋ ਅੱਜ ਖਾਲਸਾ ਸਾਜਨਾ ਦਿਵਸ ਹੈ ਅਤੇ ਅੱਜ ਦੇ ਦਿਨ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ, ਉਹ ਕਿਹੜਾ ਤਖ਼ਤ ਸੀ ਜਿੱਥੇ ਗੁਰੂ ਸਾਹਿਬ ਨੇ ਅੱਜ ਦੇ ਦਿਨ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ? ਇਹ ਜੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਿਨ ਦੀ ਸਥਾਪਨਾ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ 'ਤੇ ਕੀਤੀ ਸੀ। ਅਨੰਦਪੁਰ ਸਾਹਿਬ ਦੀ ਧਰਤੀ 'ਤੇ ਕੀਤੀ ਸੀ, ਉਹ ਇੱਕ ਤਖ਼ਤ ਆ। ਹਾਂਜੀ, ਤਖ਼ਤ ਸ਼੍ਰੀ ਕੇਸਗੜ ਸਾਹਿਬ, ਸ਼੍ਰੀ ਕੇਸਗੜ ਸਾਹਿਬ। ਅਤੇ ਗੁਰੂ ਸਾਹਿਬ ਨੇ ਉਸ ਵੇਲੇ ਪੰਜ ਸੀਸ ਮੰਗੇ ਸੀ, ਅਤੇ ਸਭ ਤੋਂ ਪਹਿਲਾਂ ਕਿਹੜਾ ਮਤਲਬ ਵਿਅਕਤੀ ਸੀ ਜਿਹੜਾ ਸਿੱਖ ਸੀ ਉਹ ਆਪਣਾ ਸੀਸ ਭੇਟ ਕਰਨ ਲਈ ਉੱਠਿਆ ਸੀ? ਇੰਨੀ ਤਾਂ ਨੌਲੇਜ ਨਹੀਂ ਹੈ, ਇਹਦੇ ਬਾਰੇ ਨਹੀਂ ਪਤਾ। ਪੰਜ ਪਿਆਰਿਆਂ ਦੇ ਨਾਮ ਪਤਾ ਨੇ? ਹਾਂਜੀ, ਦੱਸੋਗੇ? ਭਲੇ ਨਹੀਂ ਜੀ, ਯਾਦ ਨਹੀਂ। ਗੁਰੂ ਸਾਹਿਬ ਦੇ ਚਾਰ ਸਾਹਿਬਜ਼ਾਦਿਆਂ ਦੇ ਨਾਮ? ਹਾਂਜੀ, ਭਾਈ ਅਜੀਤ ਸਿੰਘ, ਭਾਈ ਜ਼ੋਰਾਵਰ ਸਿੰਘ, ਭਾਈ ਫਤਿਹ ਸਿੰਘ ਅਤੇ ਭਾਈ ਜੁਝਾਰ ਸਿੰਘ। ਸਭ ਤੋਂ ਛੋਟੇ ਸਾਹਿਬਜ਼ਾਦਿਆਂ ਦਾ ਨਾਮ ਦੱਸ? ਭਾਈ ਅਜੀਤ ਸਿੰਘ ਜੀ ਅਤੇ ਭਾਈ ਜ਼ੋਰਾਵਰ ਸਿੰਘ। ਚਲੋ, ਆਪਾਂ ਖਾਲਸਾ ਪੰਥ ਦਾ ਸਾਜਨਾ ਦਿਵਸ ਮਨਾ ਰਹੇ ਹਾਂ, ਸੋ ਇਸ ਇਤਿਹਾਸ ਬਾਰੇ ਵੀ ਜ਼ਰੂਰ ਜਾਣੂ ਹੋਣਾ ਚਾਹੀਦਾ। ਤੁਹਾਨੂੰ ਬਹੁਤ ਬਹੁਤ ਖਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ 'ਚ ਆਪਾਂ ਖਾਲਸਾ ਪੰਥ ਦਾ ਸਾਜਨਾ ਦਿਵਸ ਮਨਾ ਰਹੇ ਹਾਂ, ਸੋ ਅੱਜ ਖਾਲਸਾ ਪੰਥ ਦਾ ਜਿਹੜਾ ਸਥਾਪਨਾ ਦਿਵਸ ਆ, ਇਹਦੇ 'ਚ ਬੀਬੀਆਂ ਦੀ ਕੀ ਮਹਾਨਤਾ? ਮੈਂ ਤਾਂ ਬੋਲ ਬੀਬੀਆਂ ਦੀ ਹੈਗੀ ਵੀ ਆਪਣੇ ਬੱਚਿਆਂ ਨੂੰ ਗੁਰੂ ਸਿੱਖੀ ਦੇ ਵਿੱਚ ਸਾਰਾ ਕੁਛ ਵਿਸਾਖੀ ਬਾਰੇ ਦੱਸਣ, ਬੱਚੇ ਸਿੱਖੀ ਦੀ ਲਾਈਨ 'ਤੇ ਚੱਲਣ, ਅਤੇ ਆਪਣੇ ਖਾਸ ਇਸ ਬਾਰੇ ਆਪਣੇ ਸਾਰੇ ਸਿੱਖੀ ਬਾਰੇ ਉਹਨਾਂ ਨੂੰ ਗਿਆਨ ਬੀਬੀਆਂ ਦੇ ਰਾਹੀਂ ਤੋਂ ਹੋ ਸਕਦਾ। ਚਲੋ, ਤੁਹਾਡੀ ਵਧੀਆ ਵਿਚਾਰ ਨੇ। ਮੈਂ ਉਹ ਘਟਨਾ ਬਾਰੇ ਜਿਸ ਦਿਨ ਗੁਰੂ ਸਾਹਿਬ ਨੇ ਖਾਲਸਾ ਪੰਥ ਸਾਜਿਆ ਸੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ, ਉਸ ਵੇਲੇ ਇੱਕ ਮਾਤਾ ਦਾ ਬੀਬੀ ਦਾ ਬਹੁਤ ਵੱਡਾ ਰੋਲ ਆ ਖਾਲਸਾ ਪੰਥ ਦੀ ਸਾਜਨਾ ਦੇ ਵਿੱਚ ਉਸ ਸਮੇਂ, ਮੈਂ ਉਹਨਾਂ ਬਾਰੇ ਜਾਣਨਾ ਚਾਹੁੰਦਾ ਸੀ। ਮੈਨੂੰ ਇੰਨਾ ਤਾਂ ਹੁਣ ਘਬਰਾ ਜਾਂਦੀ ਦਿਮਾਗ ਚ। ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਉਹ ਤੋਂ ਬਾਅਦ ਇੱਕ ਮਾਤਾ ਨੂੰ ਪੰਥ ਦੀ ਮਾਤਾ ਦਾ ਖਿਤਾਬ ਮਿਲਿਆ, ਉਹਨਾਂ ਬਾਰੇ? ਮਾਤਾ ਸਾਹਿਬ ਕੌਰ ਜੀ ਨੂੰ ਪੰਥ ਦੇ ਦਾ ਖਿਤਾਬ ਮਿਲਿਆ ਸੀਗਾ। ਉਹਨਾਂ ਨੇ ਜਦੋਂ ਅੰਮ੍ਰਿਤ ਛਕਾਇਆ ਜਾ ਰਿਹਾ ਸੀ, ਉਹਦੇ ਜਿਹੜਾ ਆਪਣਾ ਖੰਡੇ ਦੀ ਪਹੁਲ ਤਿਆਰ ਕੀਤਾ ਸੀ, ਉਹਦੇ ਵਿੱਚ ਪਤਾਸੇ ਪਾਏ ਸੀਗੇ। ਚਲੋ, ਇੱਕ ਮਤਲਬ ਬੀਬੀ ਨੂੰ ਸਿੱਖ ਪੰਥ ਦੇ ਵਿੱਚ ਇਸ ਗੱਲ ਦਾ ਵੀ ਮਾਣ ਪ੍ਰਾਪਤ ਆ ਕਿ ਸਭ ਤੋਂ ਪਹਿਲਾਂ ਜੇ ਇਸ ਧਰਤੀ 'ਤੇ ਆਏ ਨਿਰੰਕਾਰ ਦੀ ਪਛਾਣ ਕੀਤੀ ਸੀ ਅਤੇ ਇੱਕ ਬੀਬੀ ਨੇ ਕੀਤੀ ਸੀ, ਉਹਨਾਂ ਬਾਰੇ ਜਾਣਦੇ ਕੁਛ? ਮੈਂ ਨਹੀਂ ਜਾਣਦੀ, ਮੈਨੂੰ ਲੱਗਦਾ ਬੀਬੀ ਵੈਸੇ ਤਾਂ ਨਾਨਕੀ ਜੀ ਨੂੰ ਪਹਿਲਾਂ ਸੀਗਾ, ਨਾਨਕੀ ਸੀ ਬੀਬੀ ਨਾਨਕੀ ਜੀ ਨੇ ਸਭ ਤੋਂ ਪਹਿਲਾਂ ਇਹ ਪਛਾਣ ਕੀਤੀ ਸੀ ਕਿ ਬਾਬਾ ਨਾਨਕ ਨੇ ਇਹ ਧਰਤੀ 'ਤੇ ਆਏ ਨਿਰੰਕਾਰ ਨੇ। ਸੋ ਤੁਹਾਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ, ਅਤੇ ਤੁਸੀਂ ਆਪਣੀਆਂ ਭੈਣਾਂ ਨੂੰ ਇਸ ਵੇਲੇ ਕੀ ਸੰਦੇਸ਼ ਦੇਵੋਗੇ ਕਿ ਅੱਜ ਦੇ ਦਿਨ ਉਹ ਕੀ ਮਹਿਸੂਸ ਕਰਨ ਅਤੇ ਉਹ ਕੀ ਕੌਮ ਦੇ ਵਿੱਚ ਜਿਹੜਾ ਗਿਰਾਵਟ ਆ ਰਹੀ ਆ ਉਹਦੇ ਬਾਰੇ ਕੀ ਕਰਨ? ਹਾਂਜੀ, ਸਾਡੇ ਸਿੱਖ ਧਰਮ ਦੇ ਵਿੱਚ ਬਹੁਤ ਜ਼ਿਆਦਾ ਗਿਰਾਵਟ ਹੋਈ ਆ, ਇਹਦੇ ਵਿੱਚ ਬੀਬੀਆਂ ਦਾ ਸਭ ਤੋਂ ਵੱਡਾ ਰੋਲ ਆ, ਕਿਉਂਕਿ ਅੱਜ ਕੱਲ੍ਹ ਉਹ ਸੀਰੀਅਲ ਦੇਖਣ ਦੇ ਵਿੱਚ
ਬਿਜ਼ੀ ਨੇ ਜਾਂ ਆਪਣੇ ਹੋਰ ਬਿਊਟੀ ਪਾਰਲਰਾਂ ਦੇ ਬਿਜ਼ੀ ਨੇ, ਉਹਨਾਂ ਨੂੰ ਥੋੜ੍ਹਾ ਜਿਹਾ ਆਪਣਾ ਟਾਈਮ ਕੱਢ ਕੇ ਆਪਣੇ ਬੱਚਿਆਂ ਨੂੰ ਦੇਣਾ ਚਾਹੀਦਾ ਤਾਂ ਕਿ ਉਹ ਆਪਣੇ ਸਿੱਖ ਧਰਮ ਦੇ ਇਤਿਹਾਸ ਬਾਰੇ ਜਾਣ ਸਕਣ। ਕਿਉਂਕਿ ਅੱਜ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਤਾਂ ਸਿੱਖ ਧਰਮ ਖਤਮ ਹੋ ਚੁੱਕਿਆ, ਉਹਨਾਂ ਨੇ ਕੋਈ ਉੱਥੇ ਕੋਈ ਸਿੱਖ ਧਰਮ ਦੀ ਕੋਈ ਗੱਲ ਨਹੀਂ ਕੀਤੀ ਜਾ ਰਹੀ। ਜੇ ਆਪਾਂ ਆਪਣੇ ਘਰਾਂ ਦੇ ਵਿੱਚ ਆਪਣੇ ਗੁਰੂ ਇਤਿਹਾਸ ਬਾਰੇ ਆਪਣੇ ਬੱਚਿਆਂ ਨੂੰ ਦੱਸਾਂਗੇ ਤਾਂ ਹੀ ਉਹ ਅੱਗੇ ਸਿੱਖੀ ਦੇ ਇਤਿਹਾਸ ਨੂੰ ਜਾਣਨਗੇ ਅਤੇ ਆਪਣੇ ਵਿਰਸੇ ਨੂੰ ਪਹਿਚਾਣਨਗੇ ਅਤੇ ਸੰਭਾਲਣਗੇ। ਬਹੁਤ ਤੁਹਾਡੇ ਵਧੀਆ ਖਿਆਲ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਤੁਸੀਂ ਸੰਗਤਾਂ ਨੂੰ ਆਪਣਾ ਨਾਮ ਦੱਸੋ ਜਰਾ। ਮੇਰਾ ਨਾਮ ਸੁਖਜੀਤ ਸਿੰਘ ਹੈ ਜੀ। ਕੀ ਕਰਦੇ ਹੋ? ਮੈਂ BSc ਸੈਕੰਡ ਈਅਰ। ਅੱਜ ਖਾਲਸਾ ਪੰਥ ਦਾ ਸਾਜਨਾ ਦਿਵਸ ਹੈ, ਸੋ ਮੈਂ ਇਹ ਜਾਣਨਾ ਚਾਹੂੰਗਾ ਕਿ ਕੀ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਆ ਕਿ ਜਦੋਂ ਗੁਰੂ ਸਾਹਿਬ ਨੇ ਸੀਸ ਮੰਗੇ ਸੀ ਤਾਂ ਸਭ ਤੋਂ ਪਹਿਲਾਂ ਕਿਹੜੇ ਵਿਅਕਤੀ ਨੇ, ਕਿਹੜੇ ਸਿੱਖ ਨੇ ਆਪਣਾ ਸੀਸ ਆ ਜਿਹੜਾ ਗੁਰੂ ਸਾਹਿਬ ਨੂੰ ਭੇਟ ਕੀਤਾ? ਭਾਈ ਦਇਆ ਸਿੰਘ ਜੀ। ਭਾਈ ਦਇਆ ਸਿੰਘ ਨੇ। ਉਹਨਾਂ ਤੋਂ ਬਾਅਦ ਚਾਰ ਹੋਰ ਸਿੱਖਾਂ ਨੇ ਸੀਸ ਭੇਟ ਕੀਤੇ ਸੀ, ਜਿਨ੍ਹਾਂ ਨੂੰ ਬਾਅਦ 'ਚ ਪੰਜ ਪਿਆਰਿਆਂ ਦਾ ਸਰੂਪ ਦਿੱਤਾ ਗੁਰੂ ਸਾਹਿਬ ਨੇ। ਉਹਨਾਂ ਪੰਜਾਂ ਪਿਆਰਿਆਂ ਦੀ ਤਰਤੀਬ ਵਾਰ, ਜਿਵੇਂ ਉਹਨਾਂ ਨੇ ਸੀਸ ਭੇਟ ਕਰਨ ਲਈ ਉੱਠੇ ਸੀ, ਉਹਨਾਂ ਦੇ ਤਰਤੀਬ ਵਾਰ ਨਾਮ ਜਰਾ ਦੱਸੋ। ਭਾਈ ਦਇਆ ਸਿੰਘ ਜੀ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਦਇਆ ਸਿੰਘ ਜੀ, ਭਾਈ ਮੋਹਕਮ ਸਿੰਘ ਜੀ। ਚਲੋ ਤਰਤੀਬ ਛੱਡ ਦਿਓ, ਵੈਸੇ ਪੰਜਾਂ ਪਿਆਰਿਆਂ ਦੇ ਨਾਮ ਦੱਸ। ਭਾਈ ਦਇਆ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਅਤੇ ਭਾਈ ਗੁਰੂ ਸਾਹਿਬ ਨੇ ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਅਤੇ ਉਸ ਸਾਜਨਾ ਕਰਨ ਤੋਂ ਬਾਅਦ ਖਾਲਸਾ ਪੰਥ ਨੂੰ ਉਹਨਾਂ ਨੇ ਮਤਲਬ ਜਿਹੜਾ ਸਰੂਪ ਦਿੱਤਾ, ਜਿਹੜਾ ਬਾਣਾ ਦਿੱਤਾ, ਉਸ ਤੋਂ ਬਾਅਦ ਇੱਕ ਨਵੀਂ ਪਿਰਤ ਸੀ ਜਿਹੜੀ ਦੁਨੀਆ ਦੇ ਵਿੱਚ ਉਹਨਾਂ ਨੇ ਪਾਈ ਗੁਰੂ ਸਾਹਿਬ ਨੇ, ਉਹ ਕੀ ਸੀ? ਵਾਹਿਗੁਰੂ ਜਿਹਦੇ ਬਾਰੇ ਗੁਰੂ ਸਾਹਿਬ ਜਾਣੇ ਜਾਂਦੇ ਨੇ ਕਿ ਉਹ ਦੁਨੀਆ ਦੇ ਵਿੱਚ ਇੱਕ ਅਜਿਹੇ ਵਿਅਕਤੀ ਹੋਏ ਨੇ ਜਿਨ੍ਹਾਂ ਨੇ ਮਤਲਬ ਉਹ ਦੋ ਤਰ੍ਹਾਂ ਦਾ ਰੋਲ ਸੀ ਜਿਹੜਾ ਉਹਨਾਂ ਨੇ ਜਾਤ ਪਾਤ ਦਾ ਜਿਹੜੇ ਸੀਗੇ ਖਤਮ ਕੀਤਾ ਸੀਗਾ ਜੀ। ਇਹ ਤਾਂ ਠੀਕ ਹੈ ਕਿ ਉਹਨਾਂ ਨੇ ਜਾਤ ਪਾਤ ਖਤਮ ਕੀਤੀ, ਊਚ ਨੀਚ ਖਤਮ ਕੀਤੀ, ਛੂਆ ਛਾਤ ਖਤਮ ਕੀਤਾ, ਪਰੰਤੂ ਇੱਕ ਉਹਨਾਂ ਨੇ ਦੂਰਾ ਮਤਲਬ ਉਹਨਾਂ ਦਾ ਜਿਹਦੇ ਕਿਰਦਾਰ ਵਾਲੀ ਗੱਲ ਅਸੀਂ ਕਰਦੇ ਹਾਂ ਕਿ ਦੋ ਰੂਪ ਉਹਨਾਂ ਨੇ ਆਪਣੇ ਉਸੇ ਸਮੇਂ, ਹਾਂ, ਸੰਤ ਛਪਾਈ ਦਾ ਜੀ। ਨਹੀਂ, ਜਦੋਂ ਉਹਨਾਂ ਨੇ ਅੰਮ੍ਰਿਤ ਛਕਾਇਆ, ਜਦੋਂ ਅੰਮ੍ਰਿਤ ਛਕਾਇਆ ਉਹਨਾਂ ਨੇ ਜੀ, ਪਹਿਲਾਂ ਪੰਜ ਪਿਆਰਿਆਂ ਨੂੰ ਆਪ ਅੰਮ੍ਰਿਤ ਛਕਾਇਆ ਜੀ, ਉਸ ਤੋਂ ਬਾਅਦ ਉਹਨਾਂ ਨੇ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਣ ਦੀ ਮੰਗ ਕੀਤੀ। ਗੁਰੂ ਤੋਂ ਬਾਅਦ ਚੇਲੇ ਦੇ ਆਪੇ ਚੇਲੇ। ਬਹੁਤ ਬਹੁਤ ਧੰਨਵਾਦ। ਅਤੇ ਅੱਜ ਦੀ ਜਿਹੜੀ ਨਵੀਂ ਨੌਜਵਾਨ ਪੀੜ੍ਹੀ ਆ, ਤੁਸੀਂ ਸਾਬਤ ਸੂਰ ਤੋਂ ਚੜ੍ਹਦੀ ਕਲਾ ਵਾਲੇ ਨੌਜਵਾਨ ਹੋ, ਤੁਸੀਂ ਉਸ ਨਵੀਂ ਪੀੜ੍ਹੀ ਨੂੰ ਅੱਜ ਦੇ ਦਿਨ ਕੀ ਕਹਿਣਾ ਚਾਹੋਗੇ? ਮੈਂ ਜੀ ਉਹਨਾਂ ਨੂੰ ਜਿੰਨਾ ਵੱਧ ਤੋਂ ਵੱਧ ਬਾਣੀ ਅਤੇ ਬਾਣੀ ਨੂੰ ਵਿਚਾਰਨਗੇ ਅਤੇ ਬਾਣੀ ਪੜ੍ਹਨਗੇ, ਉਹਨਾਂ ਨਸ਼ਿਆਂ ਤੋਂ ਵੀ ਰਹਿਤ ਹੋ ਸਕਦੇ ਆ ਜੀ। ਅਤੇ ਬਾਣੀ ਨਾਲ ਜੋੜਨ ਦੀ ਮੈਂ ਤਾਂ ਕਹੂੰਗਾ ਵੀ ਉਹਨਾਂ ਨੂੰ ਵਿਚਾਰ ਇਕੱਲੇ ਪੜ੍ਹੋ ਨਾ, ਵਿਚਾਰਨ ਦੀ ਵੀ, ਹਾਂਜੀ। ਅਤੇ ਬੀਬੀਆਂ ਨੂੰ ਵੀ ਕਹੂੰਗਾ ਵੀ ਜਿਹੜੇ ਜਾਣੀ ਕਿ ਉਹ ਜੇ ਛੋਟੇ ਜਵਾਕ ਆ ਕੋਈ, ਉਹ ਜੇ ਉਹ ਰੋਂਦੇ ਆ ਕਿਸੇ ਇਸ਼ਨਾਨ ਕਰਨ ਵੇਲੇ ਜਾਂ ਵਾਲ ਵਾਹੁਣ ਵੇਲੇ, ਤਾਂ ਉਹ ਕਹਿ ਦਿੰਦੇ ਆ ਵੀ ਜਾ ਕੇ ਵਾਲ ਕਟਾਇਆ ਉਹ, ਅਤੇ ਉਹਨਾਂ ਨੂੰ ਵੀ ਕਹੂੰਗਾ ਵੀ ਉਹ ਥੋੜ੍ਹਾ ਸਿੱਖੀ ਸਰੂਪ ਬੰਨੀ ਥੋੜ੍ਹਾ ਮੋੜਨ ਬੱਚਿਆਂ ਨੂੰ। ਬਹੁਤ ਬਹੁਤ ਤੁਹਾਡੇ ਬਹੁਤ ਵਧੀਆ ਵਿਚਾਰ ਨੇ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਨੌਜਵਾਨ ਤੁਹਾਡੇ ਤੋਂ ਸਿੱਖਿਆ ਲੈਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਖਾਲਸਾ ਸਾਜਨਾ ਦਿਵਸ ਦੇ ਸਮੇਂ ਗੁਰਦੁਆਰਾ ਸਾਹਿਬ 'ਚ ਆਏ ਹੋ, ਸਮਾਗਮ ਦਾ ਆਨੰਦ ਮਾਣਿਆ। ਸੋ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ
ਖਾਲਸੇ ਪੰਥ ਦੀ ਸਾਜਨਾ ਕੀਤੀ ਉਹ ਕਿਹੜਾ ਦਿਨ ਸੀ, ਕਿਹੜਾ ਸੰਨ ਸੀ ਅਤੇ ਕਿਹੜਾ ਥਾਂ ਸੀ? 13 April 1600 ਈਸਵੀ ਨੂੰ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਵਿਖੇ ਕੇਸਗੜ੍ਹ ਸਾਹਿਬ ਵਿਖੇ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਅਤੇ ਗੁਰੂ ਸਾਹਿਬ ਨੇ ਉਸ ਵੇਲੇ 5 ਸੀਸ ਮੰਗੇ ਅਤੇ ਉਹਨਾਂ ਨੂੰ 5 ਪਿਆਰੇ ਸਾਜਿਆ। ਉਹਨਾਂ 5 ਪਿਆਰਿਆਂ ਦੇ ਨਾਮ ਦੱਸ ਸਕਦੇ? ਭਾਈ ਦਇਆ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਸਾਹਿਬ ਸਿੰਘ ਜੀ। ਸੋ ਇਹ ਜਿਹੜਾ ਸਭ ਤੋਂ ਪਹਿਲਾਂ ਪਿਆਰਾ ਉੱਠਿਆ ਸੀਗਾ ਆਪਣਾ ਸੀਸ ਦੇਣ ਲਈ ਭਾਈ ਦਇਆ ਸਿੰਘ, ਹਾਂਜੀ, ਉਹ ਕਿੱਥੋਂ ਦੇ ਰਹਿਣ ਵਾਲੇ ਸੀ? ਲਾਹੌਰ ਦੇ ਰਹਿਣ ਵਾਲੇ ਸੀ। ਸ਼ਾਬਾਸ਼ ਬਹੁਤ। ਅੱਛਾ, ਅਸੀਂ ਜੇ ਅਗਲੀ ਗੱਲ ਕਰੀਏ ਕਿ ਤੁਸੀਂ ਬੀਬੀਆਂ ਹੋ, ਛੋਟੀਆਂ ਬੱਚੀਆਂ ਹੋ, ਅਤੇ ਗੁਰੂ ਸਾਹਿਬ ਦੇ ਨਾਲ ਜਦੋਂ ਗੁਰੂ ਸਾਹਿਬ ਦੇ ਅਸੀਂ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਇੱਕ ਬੀਬੀ ਦਾ, ਇੱਕ ਬਹਾਦਰ ਬੀਬੀ ਦਾ ਜ਼ਿਕਰ ਆਉਂਦਾ ਵਾ, ਉਹਦਾ ਬਹੁਤ ਵੱਡਾ ਰੋਲ ਹੈ। ਮਾਈ ਭਾਗੋ, ਉਹਨਾਂ ਦਾ ਕੀ ਰੋਲ ਹੈ? ਉਹਨਾਂ ਨੇ ਜਦੋਂ 40 ਸਿੰਘ ਵੇਦਾਵਾ ਲਿਖ ਕੇ ਗੁਰੂ ਜੀ ਨੂੰ ਦੇ ਗਏ ਸੀ ਤਾਂ ਉਹ ਆਪਣੀ ਫੌਜ ਤਿਆਰ ਕਰਕੇ ਆਏ ਸੀਗੇ ਜੰਗ ਵਿੱਚ, ਚਮਕੌਰ ਮੁਕਤਸਰ ਦੀ ਲੜਾਈ ਵਿੱਚ ਲੜਨ ਲਈ। ਮੁਕਤਸਰ ਦੀ ਤੁਸੀਂ ਗੱਲ ਕੀਤੀ ਆ, ਉਸ ਵੇਲੇ ਉਹਦਾ ਨਾਮ ਮੁਕਤਸਰ ਨਹੀਂ, ਬਾਅਦ ਵਿੱਚ ਮੁਕਤਸਰ ਪਿਆ ਕਿ ਮੁਕਤਿਆਂ ਨੂੰ ਗੁਰੂ ਸਾਹਿਬ ਨੇ ਉਹਨਾਂ ਨੂੰ ਮੁਕਤੇ ਦਾ ਖਿਤਾਬ ਦਿੱਤਾ। ਉਸ ਵੇਲੇ ਉਹਦਾ ਕੀ ਨਾਂ ਸੀ ਉਸ ਧਰਤੀ ਦਾ? ਖਤਰਾਣੀ ਦੀ ਟਾਪ। ਤੁਸੀਂ ਬੱਚੇ ਇਸ ਵੇਲੇ ਕਿਉਂਕਿ ਮਾਈ ਭਾਗੋ ਦੀ ਗੱਲ ਕੀਤੀ ਆ, ਮਾਈ ਭਾਗੋ ਨੇ ਬਦਾਵਾ ਪੜਵਾਇਆ ਸਿੱਖਾਂ ਤੋਂ ਜੈਦਾਰ ਮਾਨ ਸਿੰਘ ਅਤੇ ਉਹਨਾਂ ਦੀ ਅਗਵਾਈ 'ਚ ਜਿਹੜੇ 40 ਸਿੱਖ ਸੀ। ਸੋ ਅੱਜ ਜਦੋਂ ਜਿਹੜੀ ਨੌਜਵਾਨ ਪੀੜ੍ਹੀ ਆ ਸਾਡੀ ਉਹ ਸਿੱਖੀ ਤੋਂ ਦੂਰ ਜਾ ਰਹੀ ਆ, ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਜੂੜਾ ਜਿਹੜਾ ਸਾਡੇ ਸਿਰਾਂ ਤੋਂ ਨੌਜਵਾਨਾਂ ਦੇ ਗਾਇਬ ਹੋ ਰਿਹਾ, ਉਹ ਊੜੇ ਤੋਂ ਵੀ ਦੂਰ ਜਾ ਰਹੇ ਆ ਪੰਜਾਬੀ। ਤੁਸੀਂ ਇਸ ਵੇਲੇ ਅੱਜ ਦੇ ਦਿਨ ਉਹਨਾਂ ਨੇ ਆਪਣੀਆਂ ਜਿਹੜੀਆਂ ਤੁਹਾਡੀ ਉਮਰ ਦੀਆਂ ਬੱਚੀਆਂ ਨੇ ਜਾਂ ਤੁਹਾਡੇ ਤੋਂ ਛੋਟੀਆਂ ਚਾਹੇ ਤੁਹਾਡੇ ਤੋਂ ਵੱਡੀਆਂ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਉਹਨਾਂ ਨੂੰ ਕਹਿਣਾ ਚਾਹਾਂਗੀ, ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਲਈ ਇੰਨੀ ਵੱਡੀ ਕੁਰਬਾਨੀ ਕੀਤੀ ਆ, ਸਾਨੂੰ ਉਹਨਾਂ ਦੀ ਕੁਰਬਾਨੀ ਯਾਦ ਕਰਕੇ ਰੱਖ ਕੇ ਸਿੱਖੀ ਨਾਲ ਹੀ ਜੁੜੇ ਰਹਿਣਾ ਚਾਹੀਦਾ, ਗੁਰਬਾਣੀ ਨੂੰ ਪੜ੍ਹ ਕੇ ਵਿਚਾਰਨਾ ਚਾਹੀਦਾ, ਨਾ ਕਿ ਸਾਨੂੰ ਡੇਰੇਵਾਦ ਦੇ ਪਿੱਛੇ ਲੱਗ ਕੇ ਜਗ੍ਹਾ ਜਗ੍ਹਾ 'ਤੇ ਜਾਣਾ ਚਾਹੀਦਾ ਵਾ। ਸਾਨੂੰ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਉਹਨਾਂ ਤੋਂ ਹੀ ਸਿੱਖਿਆ ਲੈ ਕੇ ਆਪਦਾ ਜੀਵਨ ਜਿਉਣਾ ਚਾਹੀਦਾ। ਇੱਕ ਗੱਲ ਜਿਹੜੀ ਮਤਲਬ ਇਸ ਵੇਲੇ ਕੌਮ 'ਚ ਚੱਲੀ ਵੀ ਆ ਕਿ ਜਿਸ ਤਰ੍ਹਾਂ ਬਾਕੀ ਧਰਮ ਨੇ ਉਹਨਾਂ ਦੇ ਆਪੋ ਆਪਣੇ ਕੌਮੀ ਤਿਉਹਾਰ ਨੇ, ਮੁਸਲਮਾਨ ਈਦ ਮਨਾਉਂਦੇ ਆ, ਈਸਾਈ ਕ੍ਰਿਸਮਿਸ ਮਨਾਉਂਦੇ ਆ, ਹਿੰਦੂ ਦਿਵਾਲੀ ਮਨਾਉਂਦੇ ਆ, ਅਤੇ ਇਸੇ ਤਰ੍ਹਾਂ ਕਿਹਾ ਜਾਂਦਾ ਕਿ ਸਿੱਖਾਂ ਨੂੰ ਜਿਹੜੀ ਵਿਸਾਖੀ ਆ ਇਹ ਆਪਣਾ ਕੌਮੀ ਤਿਉਹਾਰ ਵਜੋਂ ਮਨਾਉਣੀ ਚਾਹੀਦੀ ਆ। ਵਿਸਾਖੀ ਸਾਨੂੰ ਕਿਉਂ ਕੌਮੀ ਤਿਉਹਾਰ ਵਜੋਂ ਮਨਾਉਣੀ ਚਾਹੀਦਾ, ਕੋਈ ਤੁਹਾਡੇ ਹੈ ਮਨ 'ਚ ਗੱਲ? ਕਿਉਂਕਿ ਇਸ ਦਿਨ ਸਾਡਾ ਖਾਲਸਾ ਪੰਥ ਦੀ ਸਾਜਨਾ ਦਿਵਸ ਆ, ਇਸ ਦਿਨ ਸਾਨੂੰ ਗੁਰੂ ਜੀ ਨੇ ਸਭ ਤੋਂ ਅਲੱਗ ਸਾਨੂੰ ਪਹਿਚਾਣ ਦਿੱਤੀ ਆ ਅਤੇ ਸਾਡੇ ਲਈ ਸਭ ਤੋਂ ਮੇਨ ਚੀਜ਼ ਆਉਂਦੀ ਆ। ਤੁਹਾਡੇ ਵਿਚਾਰ ਔਰ ਤੁਹਾਡਾ ਸਿੱਖੀ ਬਾਰੇ ਗਿਆਨ ਬਹੁਤ। ਸਰ ਮੇਰੇ ਇੱਕ ਕੁਸ਼ਚਨ ਆ, ਗੁਰੂ ਗੋਬਿੰਦ ਸਿੰਘ ਜੀ ਦੇ ਵਾਈਫਸ ਕਿੰਨੀਆਂ ਸੀਗੀਆਂ? ਕਿਉਂਕਿ ਉਹ ਗੁਰੂ ਗੋਬਿੰਦ ਸਿੰਘ ਜਿਹੜੇ ਉਹਨਾਂ ਦੇ ਮਾਤਾ ਸਾਹਿਬ ਕੌਰ ਦੇ ਪਿਤਾ ਸੀ, ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਆ ਕੇ ਇਹ ਕਿਹਾ ਸੀ ਕਿ ਇਹ ਮੈਂ ਤੁਹਾਡੇ ਹਵਾਲੇ ਕੀਤੀ ਹੋਈ ਕਰਤੀ ਸੀ ਜਦ ਤੋਂ ਇਹਨਾਂ ਦਾ ਜਨਮ ਹੋਇਆ ਸੀ। ਗੁਰੂ ਜੀ ਕਹਿੰਦੇ ਕਿ ਮੈਂ ਹੁਣ ਮਤਲਬ ਕਿ ਜੀਵਨ ਗ੍ਰਸਤੀ 'ਚ ਨਹੀਂ ਪੈਣਾ ਕਿ ਮੈਂ ਇਹਨਾਂ ਨੂੰ ਇਹ ਕੌਮ ਦੀ ਮਾਂ ਦਾ ਦਰਜਾ ਦੂੰ, ਕਿ ਮੈਂ ਜਦ ਵੀ ਕੋਈ ਕਿਤੇ ਵੀ ਗੱਲ ਚੱਲੂਗੀ ਤਾਂ ਸਭ ਪਹਿਲਾਂ ਇਹਨਾਂ ਨੂੰ ਯਾਦ ਕਰਨਗੇ। ਮਨਪ੍ਰੀਤ, ਵੀਰਪਾਲ, ਮਨਮੀਤ, ਤਰਨਪ੍ਰੀਤ ਕੌਰ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਪਾਸਾ ਜੁਗਾ ਸਚ ਹੈਪੀ ਸਚ ਗੁਰੂ ਨਾਨਕ ਹੋਸੀ ਪੀ ਸਚ।